ਮਿੱਟੀ ਦੇ ਗਾਰੇ ਦੀ ਹਕੀਕਤ ਹੈ, ਪਰਮਾਤਮਾ ਨੇ ਨਹੀਂ ਮਿੱਟੀ ਦੇ ਗਾਰੇ ਦੀ ਵਜ੍ਹਾ ਤੋਂ ਇਹ ਹਕੀਕਤ ਨਹੀਂ। ਇਹ ਹਕੀਕਤ ਆ ਕਿ ਜਿਸ ਹੱਥ ਦੇ ਨਾਲ ਉਹ ਬਣਾਏ ਗਏ ਨੇ ਨਾ, ਉਹ ਹੱਥ ਬੇਮਿਸਰ ਬਣ, ਯਾਨੀ ਉਹਨਾਂ ਦੀ ਤਾਮੀਰ ਜਿਹੜੀ ਹੈ ਉਹ ਇਖਲਾਸ ਉੱਤੇ ਮਬਣੀ ਹੈ। ਜਿਸ ਦੇ ਉੱਤੇ ਫਿਰ ਫਰਮਾਉਂਦੇ ਨੇ ਕਿ ਅੰਬੀਆ ਦੇ ਮੁਸਲਾਮ ਜੈਸੀਆਂ ਕਿਤਾਬਾਂ ਕਿਸੇ ਦੀਆਂ ਨੇ। ਤੌਰਾਤ ਰੰਗੀ ਤੌਰਾਤ ਹੈ, ਅੰਜੀਲ ਰੰਗੀ ਅੰਜੀਲ ਹੈ, ਜ਼ਬੂਰ ਰੰਗੀ ਜ਼ਬੂਰ ਹੈ, ਕੁਰਾਨ ਪਾਕ ਰੰਗੀ ਕੋ ਕਿ ਕੁਰਾਨ ਪਾਕ ਫਰਮਾਇਆ ਕਿ ਉਹਨਾਂ ਦੀਆਂ ਕਿਤਾਬਾਂ ਵੀ ਬੇਮਿਸਲ ਹੈ, ਫਰਮਾਇਆ ਕਿ ਉਹਨਾਂ ਦੀ ਨੀਂਦਰ ਵੀ ਬੇਮਿਸਲ ਹੈ ਨਬੀ ਦੀ, ਕਿਉਂਕਿ ਨਬੀ ਦੀ ਜਿਹੜੀ ਖਾਬ ਹੈ ਉਹ ਵਹੀ ਦਾ ਹਿੱਸਾ ਹੈ। ਸੈਯਦਨਾ ਇਸਮਾਈਲ ਦਾ ਇਸਲਾਮ ਦੀ ਕੁਰਬਾਨੀ ਦਾ ਹੁਕਮ ਸੈਯਦਨਾ ਇਬਰਾਹੀਮ ਦਾ ਇਸਲਾਮ ਨੂੰ ਖਾਬ ਵਿੱਚ ਦਿੱਤਾ ਗਿਆ ਸੀ। ਤਾਂ ਫਰਮਾਉਂਦੇ ਨੇ ਕਿ ਨਬੀ ਦੀ ਕਿਤਾਬ ਰੰਗੀ ਕਿਤਾਬ ਕਿਸੇ ਦੀ, ਤਾਮੀਰ ਰੰਗੀ ਤਾਮੀਰ ਕਿਸੇ ਦੀ ਸੀ, ਅਤੇ ਖਾਬ ਰੰਗੀ ਖਾਬ ਕਿਸੇ ਦੀ ਨਹੀਂ। ਅਤੇ ਫਰਮਾਉਂਦੇ ਨੇ ਨਬੀ ਦੇ ਘਰ ਰੰਗਾ ਘਰ ਕਿਸੇ ਦਾ ਨਹੀਂ। ਸੈਯਦਨਾ ਰੂਹ ਦਾ ਕਿਤਾਬ ਦੇਖੋ, ਕੌਮੇ ਆਪ ਦੇ ਸਬੂਤ ਦੇਖੋ, ਕੁਰਾਨ ਪਾਕ ਨੇ ਜ਼ਿਕਰ ਫਰਮਾਇਆ ਹੈ, ਸਭ ਦੀ ਪੜ੍ਹ ਕੇ ਦੇਖ ਲਓ। ਤਾਂ ਫਰਮਾਉਂਦੇ ਨੇ ਹਰ ਜਗ੍ਹਾ ਦੇ ਉੱਤੇ ਬੇਮਿਸਲੀਅਤ ਨਜ਼ਰ ਆਉਂਦੀ ਹੈ। ਔਰ ਆਖਰ ਇੱਕ ਫਰਮਾਉਂਦੇ ਨੇ ਕਿ ਜਿਸ ਵਕਤ ਮੈਂ ਅੰਬੀਆ ਦੇ ਮੁਸਲਾਮ ਦਾ ਜ਼ਿਕਰ ਕਰਨਾ ਤਾਂ ਮੇਰਾ ਦਿਲ ਕੰਬਦਾ ਹੈ। ਮੇਰਾ ਦਿਲ ਕੀ ਕਰਦਾ ਹੈ? ਕੰਬਦਾ ਹੈ। ਕਿਉਂ? ਇਸ ਵਾਸਤੇ ਕਿ ਸਾਡੇ ਆਮਾਲ ਦਾ ਜਿਹੜਾ ਕਿਬਲਾ ਹੈ ਨਾ, ਉਹ ਅੰਬੀਆ ਦੇ ਮੁਸਲਾਮ ਦੇ ਅਮਲ ਨੇ, ਕਿ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦਾ ਜਿਹੜਾ ਅਮਲ ਹੈ, ਨਮਾਜ਼ ਹੈ, ਰੋਜ਼ਾ ਹੈ, ਹੱਜ ਹੈ, ਜ਼ਕਾਤ ਹੈ, ਅਤੇ ਅਸੀਂ ਵੀ ਅਮਲ ਕਰਦੇ ਹਾਂ, ਸਾਡੇ 'ਤੇ ਫਰਜ਼ ਕੀਤੇ ਗਏ ਨੇ। ਤਾਂ ਫਰਮਾਉਂਦੇ ਨੇ ਕਿ ਸਾਡੇ ਅਮਲ ਦਾ ਮੂੰਹ ਅਗਰ ਹਜ਼ੂਰ ਦੇ ਅਮਲ ਵੇਲੇ ਹੋਵੇਗਾ ਤਾਂ ਉਸ ਇਬਾਦਤ ਨੂੰ ਕਬੂਲ ਕੀਤਾ ਜਾਵੇਗਾ। ਗੱਲ ਸਮਝੀ? ਕਿ ਕੋਈ ਬੰਦਾ ਇਹ ਗੱਲ ਆਖੇ ਕਿ ਮੈਂ ਨਮਾਜ਼ ਤਾਂ ਪੜ੍ਹਨੀ ਹੈ ਅਤੇ ਮੂੰਹ ਮੇਰਾ ਮਸ਼ਰਕ ਵੇਲੇ ਮੈਂ ਕਰਦਾ, ਨਮਾਜ਼ ਹੋ ਜਾਵੇਗੀ? ਨਹੀਂ ਨਾ ਹੋਵੇਗੀ। ਜਾਂ ਕੋਈ ਬੰਦਾ ਰੋਜ਼ਾ ਰੱਖੇ ਤਾਂ ਆਖੇ ਮੈਂ ਰੋਜ਼ਾ ਤਾਂ ਰੱਖਣਾ ਪਰ ਸੁਬਹਾ ਸਾਦਕ ਵੇਲੇ ਨਹੀਂ ਰੱਖਣਾ, ਜਿਸੇ ਰੋਜ਼ਾ ਵੇਲੇ ਹੋਵੇਗਾ ਉਸ ਵੇਲੇ ਰੱਖਾਂ ਤਾਂ ਉਹ ਕਬੂਲ ਹੋ ਜਾਏਗਾ। ਜਿਵੇਂ ਜ਼ਕਾਤ ਦਾ ਅਮਲ ਹੈ ਕਿ ਕੋਈ ਆਖੇ ਕਿ ਨਹੀਂ ਮਛਲੀ ਮੈਂ ਹਿੱਸਾ ਤਾਂ ਨਹੀਂ ਦਿੰਦਾ, ਮੈਂ ਤਾਂ ਅੱਸੀਆਂ ਹਿੱਸਾ ਦੇਵਾਂਗਾ ਤਾਂ ਜ਼ਕਾਤ ਅਦਾ ਹੋ ਜਾਏਗੀ? ਨਹੀਂ ਨਾ ਹੋਵੇਗੀ। ਇਸੇ ਤਰ੍ਹਾਂ ਹੀ ਜਿਹਾਦ ਹੈ। ਰੂਮੀ ਫਰਮਾਉਂਦੇ ਨੇ ਕਿ ਜਿਸ ਵਕਤ ਕਿ ਮੈਂ ਅੰਬੀਆ ਦੇ ਮੁਸਲਾਮ ਦਾ ਜ਼ਿਕਰ ਕਰਨਾ ਤਾਂ ਮੇਰਾ ਦਿਲ ਡਰਦਾ ਹੈ। ਕਿਸ ਗੱਲ ਦੀ ਕੋਲੋਂ ਡਰਦਾ ਹੈ? ਫਰਮਾਉਂਦੇ ਨੇ ਕਿ ਸਾਡੇ ਅਮਲਾਂ ਦਾ ਜਿਹੜਾ ਮੂੰਹ ਹੈ ਉਹ ਹਜ਼ੂਰ ਦੇ ਅਮਲ ਵੱਲੇ ਹੈ। ਇਬਾਦਤ ਤਾਂ ਖੁਦਾ ਦੀ ਹੈ, ਲੇਕਿਨ ਅਗਰ ਉਹ ਸੂਰਤ ਰਸੂਲ ਦੇ ਵਿੱਚ ਨਾ ਅਮਲ ਹੋਵੇਗਾ ਤਾਂ ਅੱਲਾਹ ਉਹਨੂੰ ਕਬੂਲ ਨਹੀਂ ਕਰਦਾ। ਅੱਲਾਹ ਉਸਨੂੰ ਜੇ ਕੋਈ ਬੰਦਾ ਆਖੇ ਕਿ ਮੈਂ ਨਮਾਜ਼ ਤਾਂ ਪੜ੍ਹਨਾ ਪਰ ਜਿਵੇਂ ਹਜ਼ੂਰ ਨੇ ਫਰਮਾਇਆ ਰਕੂ ਸਜੂਦ ਤਸਬੀਹ ਉਹਨੇ ਨਹੀਂ ਮੈਂ ਕਰਨੀ। ਕਿਸੇ ਫਿਰਕੇ ਦਾ ਐਸੇ ਕੋਈ ਇਖਤਲਾਫ ਨਹੀਂ ਹੈਗਾ ਕਿ ਮੈਂ ਖਿਲਾਫੇ ਸੁਨਤ ਕਰਦਾ। ਹਰ ਕੋਈ ਆਖਦਾ ਹੈ ਕਿ ਮੈਂ ਸੁਨਤ ਦੇ ਮੁਤਾਬਕ ਕਰਨਾ, ਫਲਾਣਾ ਸੁਨਤ ਦੇ ਮੁਤਾਬਕ ਨਹੀਂ ਕਰਨਾ, ਲੇਕਿਨ ਇਹਦੇ ਵਿੱਚ ਕਿਸੇ ਦਾ ਵੀ ਇਖਤਲਾਫ ਨਹੀਂ ਕਿ ਖਿਲਾਫੇ ਸੁਨਤ ਹੋਵੇ ਅਤੇ ਫਿਰ ਉਹ ਇਬਾਦਤ ਬਣ ਜਾਵੇ। ਨਹੀਂ ਰੂਮੀ ਫਰਮਾਉਂਦੇ ਨੇ ਕਿ ਹਰ ਉਹ ਅਮਲ ਕਿ ਜਿਸ ਅਮਲ ਦਾ ਮੂੰਹ ਹਜ਼ੂਰ ਦੇ ਅਮਲ ਦੇ ਸੁੱਖੀ, ਮਤਲਬ ਕਿ ਹਰ ਇਬਾਦਤ ਦੀ ਜਿਹੜੀ ਸੂਰਤ ਹੈ ਉਹ ਸੂਰਤ ਸੁਨਤ ਰਸੂਲ ਦੀ ਸ਼ਕਲ ਵਿੱਚ ਇਬਾਦਤ ਹੋਵੇਗੀ ਅਤੇ ਕਬੂਲ ਕੀਤੀ ਜਾਵੇਗੀ, ਅਗਰ ਨਾ ਹੋਵੇਗੀ ਤਾਂ ਕਬੂਲ। ਯਾਨੀ ਖੁਦਾ ਦੀ ਜ਼ਾਤ ਆਪਣੀ ਇਬਾਦਤ ਨੂੰ ਵੀ ਇਬਾਦਤ ਸੂਰਤ ਰਸੂਲ ਦੇ ਵਿੱਚ ਦੇਖਦਾ, ਅਗਰ ਉਹਨੇ ਹੋਵੇਗੀ ਤਾਂ ਕਬੂਲ ਹੈ, ਵਰਨਾ ਉਸਨੂੰ ਕਬੂਲ। ਤਾਂ ਫਰਮਾਉਂਦੇ ਨੇ ਕਿ ਕਿਤਾਬਾਂ ਬੇਮਿਸਲ, ਤਾਮੀਰਾਂ ਬੇਮਿਸਲ, ਨੀਂਦਰ ਬੇਮਿਸਲ, ਆ ਫਰਮਾਉਂਦੇ ਨੇ ਕਿ ਹਰ ਸ਼ੈ ਉਹਨਾਂ ਦੀ ਬੇਮਿਸਲ ਹੈ। ਅਤੇ ਜਿਸ ਵਕਤ ਮੈਂ ਅੰਬੀਆ ਦੇ ਮੁਸਲਾਮ ਦਾ ਜ਼ਿਕਰ ਕਰਨਾ ਤਾਂ ਮੇਰਾ ਦਿਲ ਡਰਦਾ ਹੈ, ਕਿਉਂਕਿ ਉਹਨਾਂ ਦਾ ਅਮਲ ਸਾਡੇ ਅਮਲ ਦਾ ਜਿਹੜਾ ਹੈ, ਸਾਡੇ ਅਮਲ ਦਾ ਮੂੰਹ ਹਜ਼ੂਰ ਦੇ ਅਮਲ ਅੱਲੇ ਹੋਵੇ ਤਾਂ ਕਬੂਲ ਹੈ, ਅਗਰ ਨਾ ਹੋਵੇ ਤਾਂ ਅੱਲਾ ਕਬੂਲ ਨਹੀਂ ਕਰਵਾਦਾ। ਫਰਮਾਉਂਦਾ ਕਿ ਤੂੰ ਮੇਰੀ ਇਬਾਦਤ ਕਰਨਾ ਹੈ ਲੇਕਿਨ ਸੂਰਤ ਰਸੂਲ ਦੇ ਅਮਲ ਦੇ ਵਿੱਚ ਹੋਈ ਤਾਂ ਮੈਂ ਕਬੂਲ ਕਰਾਂਗਾ, ਵਰਨਾ ਕਬੂਲ। ਇੰਨਾ ਨਾਜ਼ੁਕ ਮਕਾਮ ਹੈ।
ਇਹਨਾਂ ਨਾਲ ਇਸੇ ਵਾਸਤੇ ਅਗਰ ਮੁਸਾਫ ਕਰਵਾ ਲੈਣਾ ਪਰ ਮੁਸਤਫਾ ਪਰ ਰਸਾਂ ਹੈ ਸ਼ਰਾ ਕੇ ਦੀ ਹਮਾਉਸ ਗਰ ਬਾਊ ਨਾ ਰਸੀਦੀ ਤਮਾਮ ਹੋ ਗਾਬੀਸ ਗਰ ਬਾਊ ਨਾ ਰਸੀਦੀ ਤਮਾਮ ਹੋ ਗਾਬੀਸ ਰੂਮੀ ਫਰਮਾਉਂਦੇ ਨੇ ਕਿ ਮਿੰਬਰ ਔਰ ਮਿਹਰਾਬ ਤੇਰੀ ਜ਼ਾਤ ਵਾਸਤੇ ਨੇ ਅਜ਼ਾਨ ਤੇਰੀ ਜ਼ਾਤ ਵਾਸਤੇ ਨੇ ਨਮਾਜ਼ ਦੇ ਵਿੱਚ ਜ਼ਰੂਰ ਪਾਕ ਹਜ਼ੂਰ ਦੀ ਜ਼ਾਤ ਦੇ ਵਾਸਤੇ ਨੇ ਕੋਈ ਚੀਜ਼ ਐਸੀ ਨਹੀਂ ਕਿ ਜਿੱਥੇ ਖੁਦਾ ਦੀ ਇਬਾਦਤ ਅਤੇ ਖੁਦਾ ਦਾ ਜ਼ਿਕਰ ਆਵੇ ਕਿ ਹਜ਼ੂਰ ਦਾ ਨਾਲ ਨਾ ਮੁਬਾਰਕ ਨਾ ਆਵੇ ਨਾ ਮੁਬਾਰਕ ਨਾ ਆਵੇ ਅੱਗੇ ਮਾਲਾ ਰੂਮ ਨੇ ਉਹ ਕਿਉਂਕਿ ਆ ਗਿਆ ਅਸਾਏ ਮੂਸਾ ਅਲੈਹਿ ਸਲਾਮ ਨੂੰ ਚੁੱਕਣ ਵਾਸਤੇ ਉਹ ਬੱਚੇ ਆਏ ਜਾਦੂਗਰ ਅਤੇ ਮੂਸਾ ਅਲੈਹਿ ਸਲਾਮ ਜਾਗ ਪਏ ਇਸ ਦਿਨ 'ਤੇ ਥੋੜ੍ਹਾ ਜਿਹਾ ਉਹ ਸੁਣ ਲਵੋ ਟਾਈਮ ਜ਼ਿਆਦਾ ਹੁੰਦਾ ਜਾਂਦਾ ਜੀ ਪਹਿਲੇ ਨਾਲ ਜੀ ਮੈਨੇ ਨਾਲ 124 ਸਬਕ ਚਸ਼ਮੇ
ਵਾਂਗ ਦਿਲ ਬੇਦਾਰ ਦਾਰ ਚਸ਼ਮੇ ਸਾਰ ਹੈ ਜਿਹੜਾ ਸ਼ਖਸ ਬੇਦਾਰ ਦਿਲ ਰੱਖਦਾ ਹੈ ਔਰ ਸਿਰ ਦੀ ਅੱਖ ਅਗਰ ਸੋ ਜਾਵੇ ਫਰਮਾਇਆ ਸੌ ਬਿਨਾਈਆਂ ਖੁੱਲ ਜਾਂਦੀਆਂ ਸੌ ਬਿਨਾਈਆਂ ਕੀ ਹੋ ਜਾਂਦੀਆਂ ਦੇਖੋ ਦੇਖੋ ਨਾ ਬੰਦੇ ਜਿਹੜੇ ਜ਼ਿਕਰ ਕਰਦੇ ਨੇ ਖਿਆਲਾਤ ਤਹਾਰਤ ਅਤੇ ਪਾਕੀਜ਼ਾ ਖਿਆਲ ਹੁੰਦੇ ਹਨ ਉਹ ਜਦੋਂ ਵੀ ਸੌਣਗੇ ਅਤੇ ਉਹਨਾਂ ਦੀ ਜਿਹੜੀ ਨੀਂਦਰ ਹੈ ਉਹ ਵੀ ਪਾਕ ਨੀਂਦਰ ਹੋਵੇ ਉਸਦੇ ਵਿੱਚ ਜਿਹੜੀ ਆਪਣੇ ਨਫਸ ਦੀ ਹਾਲਤ ਵੇਖਣਗੇ ਨਾ ਉਹ ਹਾਲਤ ਜਿਹੜੀ ਹੈ ਉਸ ਬੰਦੇ ਦੇ ਨਾਲੋਂ ਮੁਖਤਲਿਫ ਹੋਵੇਗੀ ਜਿਹੜਾ ਬੰਦਾ ਨੀਂਦਰ ਜਿਹਦੀ ਜੀਣਾ ਜਿਹਦਾ ਜਾਗਣਾ ਪਾਕ ਨਹੀਂ ਹੁੰਦਾ ਸੌਣਾ ਪਾਕ ਨਹੀਂ ਅਤੇ ਜਿਹਦਾ ਜਾਗਣਾ ਪਾਕ ਹੁੰਦਾ ਹੈ ਉਹ ਸੌ ਜਾਵੇ ਤਾਂ ਉਹ ਵੀ ਪਾਕ ਹੋ ਜਾਵੇ ਕਈ ਆਦਮੀ ਆਪਦੇ ਨੇ ਆਪਣੀ ਉਹਨਾਂ ਦੀ ਕੈਫੀਅਤ ਹੈ ਕਿ ਬੜੇ ਖਾਬ ਜੀ ਸਾਨੂੰ ਖੂਬਸੂਰਤ ਆਉਂਦੇ ਸਨ ਬੜੀ ਬੜੀ ਬੜਾ ਚੀਜ਼ਾਂ ਦਾ ਸਾਨੂੰ ਸੈਰ ਹੁੰਦੀ ਸੀ ਲੇਕਿਨ ਉਹ ਰੁਕ ਗਿਆ ਹੈ ਪਤਾ ਨਹੀਂ ਉਸ ਦੀ ਕੀ ਵਜ੍ਹਾ ਹੈ ਤੋ ਨਜ਼ਰ ਦੀ ਤਹਾਰਤ ਜਿਹੜੀ ਹੈ ਇਹ ਸਭ ਤੋਂ ਅਵਲ ਜ਼ਰੂਰੀ ਹੈ ਕਿ ਜਿਸ ਇਨਸਾਨ ਦੀ ਨਜ਼ਰ ਪਾ ਕੇ ਨਾ ਉਸਦਾ ਦਿਲ ਵੀ ਫਿਰ ਪਾਕ ਰਹਿੰਦਾ ਹੈ ਅਗਰ ਨਜ਼ਰ ਦੀ ਪਲੀਤੀ ਮੌਜੂਦ ਹੋਵੇ ਤੋ ਫਿਸਕੋ ਫਜੂਰ ਹੋਵੇ ਅਤੇ ਫਿਰ ਉਸਦੇ ਦਿਲ ਦੀ ਉਹ ਹਾਲਤ ਤੋ ਜ਼ਿਕਰ ਕਰਨ ਵਾਲੇ ਬੰਦੇ ਜਿਹੜੇ ਅੱਲਾਹ ਦੀ ਜਾਤ ਪਾਕ ਦੀ ਇਬਾਦਤ ਦੇ ਵਿੱਚ ਜ਼ਿਕਰ ਕਰਦੇ ਨੇ ਜਾਗਦੇ ਨੇ ਅੱਲਾਹ ਪਾਕ ਦੀ ਯਾਦ ਦੇ ਵਿੱਚ ਮਸਰੂਫ ਰਹਿੰਦੇ ਨੇ ਦਿਲ ਦਾ ਖਿਆਲ ਉਹਨਾਂ ਦਾ ਆਪਣੇ ਮਾਲਕ ਕਰੀਮ ਦੀ ਤਰਫ ਰਹਿੰਦਾ ਹੈ ਯਕੀਨੀ ਤੌਰ 'ਤੇ ਉਹਨਾਂ ਦੀ ਨੀਂਦਰ ਜਿਹੜੀ ਦੂਜਿਆਂ ਨਾਲੋਂ ਮੁਕਤ ਹੈ ਦੂਸਰੇ ਨਾਲੋਂ ਕੀ ਹੁੰਦੀ ਹੈ ਉਹ ਕਰਮ ਹੈ ਮਾਲਕ ਕਰੀਮ ਦਾ ਜੀ ਜੀ ਹਾਲਤ ਨਹੀਂ ਹੈ ਤੇ ਫਰਮਾਦੇ ਨੇ ਪਰੇਸ਼ਾਨ ਨਾ ਹੋ ਜਾਗਣ ਦਾ ਵਰ ਸਿੱਖ ਜਾਗਣ ਦਾ ਵਰ ਸਿੱਖ ਤਾਲਬੇ ਦਿਲ ਬਾਜ ਦਾ ਪੈਕਾਰ ਬਾਜ ਸੇ ਦਿਲ ਦੇ ਤਲਬ ਤੱਕ ਕੀਤੀ ਰੱਖਿਆ ਕਰਨਾ ਅਤਾ ਤਾਂ ਮਾਲਕ ਹੀ ਕਰਨਾ ਕਿਸ ਨੇ ਕਰਨਾ ਹੈ ਤਾਂ ਫਰਮਾਦੇ ਨੇ ਅਗੇ ਠੂਠਾ ਤਾਂ ਮੈਂ ਨਹੀਂ ਛੱਡਣਾ ਚਾਹੀਦਾ ਅਗੇ ਬੰਦੇ ਨੂੰ ਸਵਾਏ ਨੂੰ ਬਾ ਸਦੀ ਦੇ ਕਰੀਮ ਦੇ ਦਰਵਾਜ਼ੇ ਦੇ ਉੱਤੇ ਠੂਠਾ ਕਰਨੀ ਠੀਣਾ ਚਾਹੀਦਾ ਹੈ ਫਰਮਾਦੇ ਨੇ ਅਗੇ ਸਵਾਲ ਕੀਤੀ ਰੱਖ ਅਤੇ ਮੰਗੀ ਰੱਖਿਆ ਕਰ ਜਾਗਦਾ ਦਿਲ ਵੀ ਅਦਾ ਕਰਦੇ ਜਾਗਦਾ ਦਿਲ ਵੀ ਅਦਾ ਫਰਮਾ ਦੇਣਾ ਜੀ ਉਸ ਪੈਗੰਬਰ ਦੇ ਲੇਕਿਨ ਮੇਰਾ ਦਿਲ ਨਹੀਂ ਸੁਣਦਾ ਮੇਰਾ ਦਿਲ ਨਹੀਂ ਸੁਣਦਾ ਰੂਮੀ ਫਰਮਾਨੇ ਸ਼ਾਹ ਮੇ ਦਰਸ ਤੋਂ ਹਾਰਿਸ ਮੁਸਤਾਗੀ
जिस वक्त के बादशाह बेदार हो गए ते मुहाफिज सौ भी जावे ते फरमान ने बेदार दिल सुते होया दे उते जान कुर्बान है जिन्हां दे दिल जागदे ने ना ते बज़ाहिर वो सुते पए ने तो फरमान ने कि जेड़े बेदार दिल वाले सुते पए ने ना तो मेरी जान कुर्बान ना तो मेरी बज़ाहिर सुते पए ने लेकिन वो मुहाफिज ने सब दे जागन तो फरमान ने बेदार दिल सुते होया दे उते मेरी जान है अल्लाह फिर अमल नसीब।